ਬਹੁਜਨ ਸਮਾਜ ਪਾਰਟੀ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਲੱਗੀ ਹੋਈ ਆ, 224 ਸਾਡੀਆਂ ਬਰੂਹਾਂ 'ਤੇ ਖੜ੍ਹਾ ਆ, ਉਹ ਬਿਆਨ ਉਸੇ ਸੰਦਰਭ 'ਚ ਸੀਗਾ ਕਿ ਜੇਕਰ ਕਾਂਗਰਸ ਦਾ ਗੱਠਜੋੜ ਔਰ ਭਾਰਤੀ ਜਨਤਾ ਪਾਰਟੀ ਨੂੰ ਹਰਾਉਣਾ ਆ ਤਾਂ ਆਪਸੀ ਕੋਆਰਡੀਨੇਸ਼ਨ, ਆਪਸੀ ਤਾਲਮੇਲ ਦੇ ਨਾਲ ਜਿਹੜਾ ਆ ਉਹਨੂੰ ਆਪਾਂ ਅੱਗੇ ਵਧਾ ਸਕਦੇ ਹਾਂ ਗੱਠਜੋੜ ਨੂੰ। ਜੇਕਰ ਮਨ ਦੇ ਵਿੱਚ ਦੋਵਾਂ ਘਰਾਂ ਦਾ ਪ੍ਰਾਹੁਣਾ ਬਣਨ ਦੀ ਚਾਹਤ ਹੋਵੇ ਤਾਂ ਕਈ ਵਾਰੀ ਦੋਹਾਂ ਘਰਾਂ 'ਚੋਂ ਆਦਮੀ ਭੁੱਖਾ ਰਹਿ ਜਾਂਦਾ ਆ। ਇਹੀ ਮੇਰਾ ਕੱਲ੍ਹ ਦਾ ਜਿਹੜਾ ਸੀਗਾ ਬਿਆਨ ਦਾ ਮੁੱਦਾ ਸੀ। ਪੂਰੇ ਪੰਜਾਬ ਦੇ ਵਿੱਚ ਬਹੁਜਨ ਸਮਾਜ ਪਾਰਟੀ ਨੂੰ ਮਜ਼ਬੂਤ ਕਰਨ ਲਈ ਇਹ ਲਗਾਤਾਰ ਪ੍ਰੋਗਰਾਮ ਚੱਲ ਰਹੇ ਆ। ਬਹੁਤ ਅੱਛਾ ਰਿਸਪੋਂਸ ਜਿਹੜਾ ਆ ਪੰਜਾਬ ਦੇ ਦਲਿਤ ਵਰਗ ਔਰ ਪਛੜੇ ਵਰਗ ਗਰੀਬ ਸਮਾਜ ਜਿਹੜਾ ਆ ਉਹ ਵੱਡੀ ਪੱਧਰ 'ਤੇ ਬਹੁਜਨ ਸਮਾਜ ਪਾਰਟੀ ਦਾ ਨੀਲਾ ਝੰਡਾ ਚੁੱਕ ਰਿਹਾ ਔਰ ਰਾਜਨੀਤੀ ਦੇ ਵਿੱਚ ਵੱਡਾ ਜਿਹੜਾ ਅਸੀਂ ਨਤੀਜਾ ਆ ਉਹ 224 'ਚ ਔਰ 27 'ਚ ਦਿਖਾਵਾਂਗੇ। ਬਹੁਜਨ ਸਮਾਜ ਪਾਰਟੀ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਲੱਗੀ ਹੋਈ ਆ, 224 ਸਾਡੀਆਂ ਬਰੂਹਾਂ 'ਤੇ ਖੜ੍ਹਾ ਆ, ਉਹ ਬਿਆਨ ਉਸੇ ਸੰਦਰਭ 'ਚ ਸੀਗਾ ਕਿ ਜੇਕਰ ਕਾਂਗਰਸ ਦਾ ਗੱਠਜੋੜ ਔਰ ਭਾਰਤੀ ਜਨਤਾ ਪਾਰਟੀ ਨੂੰ ਹਰਾਉਣਾ ਆ ਤਾਂ ਆਪਸੀ ਕੋਆਰਡੀਨੇਸ਼ਨ, ਆਪਸੀ ਤਾਲਮੇਲ ਦੇ ਨਾਲ ਜਿਹੜਾ ਆ ਉਹਨੂੰ ਆਪਾਂ ਅੱਗੇ ਵਧਾ ਸਕਦੇ ਹਾਂ ਗੱਠਜੋੜ ਨੂੰ। ਜੇਕਰ ਮਨ ਦੇ ਵਿੱਚ ਦੋਵਾਂ ਘਰਾਂ ਦਾ ਪ੍ਰਾਹੁਣਾ ਬਣਨ ਦੀ ਚਾਹਤ ਹੋਵੇ ਤਾਂ ਕਈ ਵਾਰੀ ਦੋਹਾਂ ਘਰਾਂ 'ਚੋਂ ਆਦਮੀ ਭੁੱਖਾ ਰਹਿ ਜਾਂਦਾ ਆ। ਇਹੀ ਮੇਰਾ ਕੱਲ੍ਹ ਦਾ ਜਿਹੜਾ ਸੀਗਾ ਬਿਆਨ ਦਾ ਮੁੱਦਾ ਸੀ। ਗੱਠਜੋੜ ਨੂੰ ਤਾਂ ਭੈਣ ਕੁਮਾਰੀ ਮਾਇਆਵਤੀ ਜੀ, ਰਾਸ਼ਟਰੀ ਪ੍ਰਧਾਨ ਬਹੁਜਨ ਸਮਾਜ ਪਾਰਟੀ, ਉਹਨਾਂ ਨੇ ਦੇਖਣਾ ਆ। ਜਿੱਦਾਂ ਵੀ ਉਹ ਦੇਖਣਗੇ ਉੱਦਾਂ ਅਸੀਂ ਦੇਖਾਂਗੇ। ਪਰ ਹਾਈ ਕਮਾਂਡ ਕੋਲ ਗੱਲ ਰੱਖੋਗੇ ਤੁਹਾਡੀ? ਹਾਂ, ਅਸੀਂ ਆਪਣੀ ਗੱਲ ਹਾਈ ਕਮਾਂਡ ਕੋਲ ਪਜਾ ਚੁੱਕੇ ਹਾਂ। ਕੀ ਲੱਗਦਾ ਵੀ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨੇ ਮਾਫ਼ੀ ਮੰਗੀ ਸੀਗੀ ਵੀ ਮੈਨੂੰ ਜਿਹੜੇ ਪੁਰਾਣੇ ਅਕਾਲੀ ਦਲ ਦੇ ਜਿਹੜੇ ਵੱਖ ਹੋਏ ਸੀਗੇ ਉਹ ਵਿੱਚ ਇਕੱਠੇ ਹੋ ਜਾਣ, ਤਾਂ ਉਹ ਭਾਜਪਾ ਨਾਲ ਉਹਨਾਂ ਦਾ ਆਲਰੇਡੀ ਗੱਠਜੋੜ ਹੈਗਾ ਜਿਸ ਤਰ੍ਹਾਂ ਸੁਖਦੇਵ ਸਿੰਘ ਢੀਂਡਸਾ ਦਾ ਹੈਗਾ, ਕੀ ਇਹ ਇਕੱਠੇ ਹੁੰਦੇ ਤਾਂ ਉਹ ਭਾਜਪਾ ਨਾਲ ਵੀ ਗੱਠਜੋੜ ਕਰ ਸਕਦੇ ਹੈਗੇ? ਤੁਸੀਂ ਉਦੋਂ ਉਹਨਾਂ ਨਾਲ ਰਹੋਗੇ ਜਾਂ ਕੀ ਕਰੋ? ਨਹੀਂ, ਇਹਦਾ ਜਿਹੜਾ ਉੱਤਰ ਵਾ ਇਹ ਤਾਂ ਹਾਈ ਕਮਾਂਡ ਲੈਵਲ ਦੀਆਂ ਗੱਲਾਂ, ਮੈਂ ਛੋਟਾ ਜਿਹਾ ਵਰਕਰ ਹੈ। ਬਹੁਜਨ ਸਮਾਜ ਪਾਰਟੀ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਲੱਗੀ ਹੋਈ ਆ, 224 ਸਾਡੀਆਂ ਬਰੂਹਾਂ 'ਤੇ ਖੜ੍ਹਾ ਆ, ਉਹ ਬਿਆਨ ਉਸੇ ਸੰਦਰਭ 'ਚ ਸੀਗਾ ਕਿ ਜੇਕਰ ਕਾਂਗਰਸ ਦਾ ਗੱਠਜੋੜ ਔਰ ਭਾਰਤੀ ਜਨਤਾ ਪਾਰਟੀ ਨੂੰ ਹਰਾਉਣਾ ਆ ਤਾਂ ਆਪਸੀ ਕੋਆਰਡੀਨੇਸ਼ਨ, ਆਪਸੀ ਤਾਲਮੇਲ ਦੇ ਨਾਲ ਜਿਹੜਾ ਆ ਉਹਨੂੰ ਆਪਾਂ ਅੱਗੇ ਵਧਾ ਸਕਦੇ ਹਾਂ ਗੱਠਜੋੜ ਨੂੰ। ਜੇਕਰ ਮਨ ਦੇ ਵਿੱਚ ਦੋਵਾਂ ਘਰਾਂ ਦਾ ਪ੍ਰਾਹੁਣਾ ਬਣਨ ਦੀ ਚਾਹਤ ਹੋਵੇ ਤਾਂ ਕਈ ਵਾਰੀ ਦੋਹਾਂ ਘਰਾਂ 'ਚੋਂ ਆਦਮੀ ਭੁੱਖਾ ਰਹਿ ਜਾਂਦਾ ਆ। ਇਹੀ ਮੇਰਾ ਕੱਲ੍ਹ ਦਾ ਜਿਹੜਾ ਸੀਗਾ ਬਿਆਨ ਦਾ ਮੁੱਦਾ ਸੀ। ਪੂਰੇ ਪੰਜਾਬ ਦੇ ਵਿੱਚ ਬਹੁਜਨ ਸਮਾਜ ਪਾਰਟੀ ਨੂੰ ਮਜ਼ਬੂਤ ਕਰਨ ਲਈ ਇਹ ਲਗਾਤਾਰ ਪ੍ਰੋਗਰਾਮ ਚੱਲ ਰਹੇ ਆ। ਬਹੁਤ ਅੱਛਾ ਰਿਸਪੋਂਸ ਜਿਹੜਾ ਆ ਪੰਜਾਬ ਦੇ ਦਲਿਤ ਵਰਗ ਔਰ ਪਛੜੇ ਵਰਗ ਗਰੀਬ ਸਮਾਜ ਜਿਹੜਾ ਆ ਉਹ ਵੱਡੀ ਪੱਧਰ 'ਤੇ ਬਹੁਜਨ ਸਮਾਜ ਪਾਰਟੀ ਦਾ ਨੀਲਾ ਝੰਡਾ ਚੁੱਕ ਰਿਹਾ ਔਰ ਰਾਜਨੀਤੀ ਦੇ ਵਿੱਚ ਵੱਡਾ ਜਿਹੜਾ ਅਸੀਂ ਨਤੀਜਾ ਆ ਉਹ 224 'ਚ ਔਰ 27 'ਚ ਦਿਖਾਵਾਂਗੇ। ਬਹੁਜਨ ਸਮਾਜ ਪਾਰਟੀ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਲੱਗੀ ਹੋਈ ਆ, 224 ਸਾਡੀਆਂ ਬਰੂਹਾਂ 'ਤੇ ਖੜ੍ਹਾ ਆ, ਉਹ ਬਿਆਨ ਉਸੇ ਸੰਦਰਭ 'ਚ ਸੀਗਾ ਕਿ ਜੇਕਰ ਕਾਂਗਰਸ ਦਾ ਗੱਠਜੋੜ ਔਰ ਭਾਰਤੀ ਜਨਤਾ ਪਾਰਟੀ ਨੂੰ ਹਰਾਉਣਾ ਆ ਤਾਂ ਆਪਸੀ ਕੋਆਰਡੀਨੇਸ਼ਨ, ਆਪਸੀ ਤਾਲਮੇਲ ਦੇ ਨਾਲ ਜਿਹੜਾ ਆ ਉਹਨੂੰ ਆਪਾਂ ਅੱਗੇ ਵਧਾ ਸਕਦੇ ਹਾਂ ਗੱਠਜੋੜ ਨੂੰ। ਜੇਕਰ ਮਨ ਦੇ ਵਿੱਚ ਦੋਵਾਂ ਘਰਾਂ ਦਾ ਪ੍ਰਾਹੁਣਾ ਬਣਨ ਦੀ ਚਾਹਤ ਹੋਵੇ ਤਾਂ ਕਈ ਵਾਰੀ ਦੋਹਾਂ ਘਰਾਂ 'ਚੋਂ ਆਦਮੀ ਭੁੱਖਾ ਰਹਿ ਜਾਂਦਾ ਆ। ਇਹੀ ਮੇਰਾ ਕੱਲ੍ਹ ਦਾ ਜਿਹੜਾ ਸੀਗਾ ਬਿਆਨ ਦਾ ਮੁੱਦਾ ਸੀ। ਗੱਠਜੋੜ ਨੂੰ ਤਾਂ ਭੈਣ ਕੁਮਾਰੀ ਮਾਇਆਵਤੀ ਜੀ, ਰਾਸ਼ਟਰੀ ਪ੍ਰਧਾਨ ਬਹੁਜਨ ਸਮਾਜ ਪਾਰਟੀ, ਉਹਨਾਂ ਨੇ ਦੇਖਣਾ ਆ। ਜਿੱਦਾਂ ਵੀ ਉਹ ਦੇਖਣਗੇ ਉੱਦਾਂ ਅਸੀਂ ਦੇਖਾਂਗੇ। ਪਰ ਹਾਈ ਕਮਾਂਡ ਕੋਲ ਗੱਲ ਰੱਖੋਗੇ ਤੁਹਾਡੀ? ਹਾਂ, ਅਸੀਂ ਆਪਣੀ ਗੱਲ ਹਾਈ ਕਮਾਂਡ ਕੋਲ ਪਜਾ ਚੁੱਕੇ ਹਾਂ।
ਕੀ ਲੱਗਦਾ ਵੀ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨੇ ਮਾਫ਼ੀ ਮੰਗੀ ਸੀਗੀ ਵੀ ਮੈਨੂੰ ਜਿਹੜੇ ਪੁਰਾਣੇ ਅਕਾਲੀ ਦਲ ਦੇ ਜਿਹੜੇ ਵੱਖ ਹੋਏ ਸੀਗੇ ਉਹ ਵਿੱਚ ਇਕੱਠੇ ਹੋ ਜਾਣ ਤਾਂ ਉਹ ਭਾਜਪਾ ਨਾਲ ਉਹਨਾਂ ਦਾ ਆਲਰੇਡੀ ਗੱਠਜੋੜ ਹੈਗਾ ਜਿਸ ਤਰ੍ਹਾਂ ਸੁਖਦੇਵ ਸਿੰਘ ਢੀਂਡਸਾ ਦਾ ਹੈਗਾ ਕੀ ਇਹ ਇਕੱਠੇ ਹੁੰਦੇ ਤਾਂ ਉਹ ਭਾਜਪਾ ਨਾਲ ਵੀ ਗੱਠਜੋੜ ਕਰ ਸਕਦੇ ਹੈਗੇ ਤੁਸੀਂ ਉਦੋਂ ਉਹਨਾਂ ਨਾਲ ਰਹੋਗੇ ਜਾਂ ਕੀ ਕਰੋ ਨਹੀਂ ਇਹਦਾ ਜਿਹੜਾ ਉੱਤਰ ਵਾ ਇਹ ਤਾਂ ਹਾਈ ਕਮਾਂਡ ਲੈਵਲ ਦੀਆਂ ਗੱਲਾਂ ਮੈਂ ਛੋਟਾ ਜਿਹਾ ਵਰਕਰ ਹੈ